वाहिगुरु जी का खालसा, वाहिगुरु जी की फतेह। प्यारे दर्शकों, बड़ी मंदभागी खबर है कि जर्मनी दे विच जो एसन शहर है उहदे विच नानकसारा गुरद्वारा साहब दे विच जिहड़ा अज बंब ब्लास्ट होया उहदी आप जी फुटिंग देखो। तो थोड़ी देर बाद ही सरदार तरसेम सिंह जी अटवाल जो कि उत्थों साडे नाल जुड़नगे, वो उत्थे दी सारी खबर जिहड़ी उह देणगे कि की होया ते किवें होया ते कौन उस दे विच जिम्मेवार है। साडे नाल कॉलर जुड़ चुके ने सरदार तरसेम सिंह अटवाल जी, आओ असी उन्हां दे नाल असीं गलबात करिए। सरदार तरसेम सिंह जी, वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। दास रणजीत सिंह बोल रहा जी, किला वाला। अच्छा जी, अच्छा अच्छा, धन्यवाद जी आप जी का, मतलब स्टूडियो दे विच कॉल करन दा। ते भाजी, अज जो ये बड़ी मंदभागी घटना हुई है, ये बारे सिख चैनल के दर्शकों नूं जरूर अपने लफ्जा च बयान करो कि की घटना हुई है, किन्ने वजे हुई है। हाँ जी, ए बस तकरीबन 20-25 मिनट पहला की गल है कि इतने जरा सा जो बच्चों असी जो नगर कीर्तन हो रहा इतने वो वास्ते तैयारी करा रहे थे, जो नगर कीर्तन 23 अप्रैल न होना अगले हफ्ते जी, जो बच्चों की तैयारी करा रहे थे तो इन्हे न बहुत जोर की एक आवाज आई, जब धमाका होया तो शीशे सारे टुट गए जेड़े, तो मैं वीडियो भी बना के भेजी है आप जी नूं। हाँ जी, असी वो दिखा रहे हैं इस वेले अपनी संगतां नूं, ते ए मेन हॉल दे विच होया जी धमाका। हाँ जी, हाँ जी, ये जिवें कोई बंदा कोई अणपछाता जिहड़ा उहने मूंह दे चेहरे दे उत्ते काले रंग दा नकाब पाया सीगा, ढकिया होया सी, काले रंग दा कपड़ा सी पाया, ते उह जिद्दां बंब सिट के ते दौड़ गया जिहड़ा, ते ਜਿਹੜਾ ਸਾਡੇ ਇੱਥੇ ਗੁਰੂ ਘਰ ਦੇ ਵਜ਼ੀਰ ਜਿਹੜੇ ਆ ਉਹ ਜ਼ਖਮੀ ਹੋ ਗਏ, ਤੇ ਕਾਫੀ ਜਿਹੜਾ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਵੀ ਕਿੱਦਾਂ ਉਹ ਧਮਾਕਾ ਜਿਹੜਾ ਕਿੱਡੀ ਐਡੀ ਜ਼ੋਰ ਦੀ ਹੋਇਆ, ਕਾਫੀ ਬੱਚੇ ਜਿਹੜੇ ਇੱਥੇ ਸਹਿਮੇ ਹੋਏ ਆ, ਤਕਰੀਬਨ ਸਾਡੇ ਕੋਲ 60-70 ਬੱਚੇ ਇੱਥੇ ਸਾਰੇ ਜਿਹੜੇ ਆਏ ਸੀਗੇ ਜਿਹੜੇ ਕੀਰਤਨ ਦੀਆਂ ਕਲਾਸਾਂ ਲਾਉਣ ਵਾਸਤੇ, ਸਾਰੇ ਬੱਚੇ ਜਿਹੜੇ ਕਾਫੀ ਸਹਿਮੇ ਹੋਏ ਆ, ਤੇ ਮੈਂ ਹੁਣ ਫੋਟੋਆਂ ਵੀ ਤੁਹਾਨੂੰ ਜਿਹੜੀਆਂ ਭੇਜ ਰਿਹਾ, ਇੱਥੇ ਜਿਹੜਾ ਹੁਣ ਪੁਲਿਸ ਵਾਲੇ ਤਾਂ ਫਾਇਰ ਵਾਲੇ ਸਾਰੇ ਆਏ ਹੋਏ ਆ। ਕਿੰਨੇ ਕ ਬੰਦੇ ਸਾਡੇ ਜ਼ਖਮੀ ਹੋਏ ਆ ਭਾਜੀ ਇਹਦੇ ਵਿੱਚ? ਜ਼ਖਮੀ ਦੇਖੋ ਜੀ, ਅਜੇ ਹੁਣ ਇੰਨਾ ਨਹੀਂ ਪਤਾ ਲੱਗਾ ਕਿਉਂਕਿ ਉਹਨਾਂ ਨੂੰ ਸਾਨੂੰ ਉਸ ਜਗ੍ਹਾ ਤੋਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ, ਪਰ ਮੈਂ ਭਾਈ ਕੁਲਦੀਪ ਸਿੰਘ ਹੋਣੀ ਦੇਖੇ ਜਿਹੜੇ ਗੁਰੂ ਘਰ ਦੇ ਵਜ਼ੀਰ ਸੀ, ਉਹ ਕਾਫੀ ਉੱਥੇ ਮਤਲਬ ਕਿ ਉਹਨਾਂ ਦੇ ਜਿਹੜੇ ਆ ਲੱਤਾਂ ਦੇ ਉੱਤੇ ਤੇ ਗਲ ਦੇ ਵਿੱਚ ਜਿਹੜੀ ਕਾਫੀ ਡੂੰਘੇ ਕੱਚ ਖੁੱਭ ਗਏ, ਠੀਕ, ਉਹ ਉੱਥੇ ਕਾਫੀ ਖੂਨ ਜਿਹੜਾ ਸਾਰੇ ਜਿਹੜਾ ਲੱਗਾ ਹੋਇਆ ਨਿਸ਼ਾਨ ਲੱਗੇ ਹੋਏ ਸੀ, ਵੀ ਇੱਦਾਂ ਲੱਗਦਾ 2-3 ਹੈਂਗ ਜਿਹੜੇ ਜ਼ਖਮੀ ਹੋ ਗਏ ਆ। ਬਾਕੀ ਜ਼ਿਆਦਾ ਜਾਣਕਾਰੀ ਜਿਹੜੀ ਆ ਮੈਂ ਤੁਹਾਡੀ ਗੱਲ ਪ੍ਰਧਾਨ ਸਾਹਿਬ ਹੋਣਾ ਨਾਲ ਕਰਾਉਣਾ, ਪ੍ਰਧਾਨ ਅਮਰੀਕ ਸਿੰਘ ਹੋਣੀ ਮੇਰੇ ਕੋਲ ਹੀ ਇੱਥੇ, ਤੁਸੀਂ ਆ ਉਹਨਾਂ ਨਾਲ ਗੱਲ ਕਰ ਲਓ। ਹਾਂਜੀ, ਹਾਂਜੀ, ਭਾਈ ਅਮਰੀਕ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ ਕਿ ਤੁਸੀਂ ਕੀ ਦੇਖਿਆ ਤੇ ਕੀ ਹੋਇਆ ਉੱਥੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਅਸੀਂ ਏਦਾਂ ਸੀ, ਦਫ਼ਤਰ ਬੈਠੇ ਸੀਗੇ ਜੀ, ਵਿਆਹ ਦਾ ਪ੍ਰੋਗਰਾਮ ਸੀ, ਵਿਆਹ ਦਾ ਪ੍ਰੋਗਰਾਮ ਨਿਬੜ ਗਿਆ ਹੈਗਾ। ਅੱਛਾ ਜੀ। ਤੇ ਤਕਰੀਬਨ ਚਾਲੇ ਮਾਰਨ ਡੇ ਸੀ ਸਾਰੇ ਖਰਾਬ ਭਾਈ ਰਣਜੀਤ ਸਿੰਘ ਜੀ ਉੱਪਰ, ਦੂਜੀ ਸਟੋਕ ਤੇ ਸੀ ਬੱਚਿਆਂ ਦੇ ਨਾਲ। ਹਾਂਜੀ, ਤੇ ਉਦੋਂ ਇਹ ਭਾਣਾ ਵਰਤ ਗਿਆ ਹੈਗਾ। ਤੇ ਜਿਹੜਾ ਵਿਅਕਤੀ ਆਇਆ ਭਾਜੀ ਉਹਦੇ ਬਾਰੇ ਉਹਦੀ ਕੋਈ ਪਛਾਣ ਨਹੀਂ ਹੋ ਸਕੀ, ਉਹ ਕੌਣ ਸੀ? ਉਹ ਕਹਿੰਦੇ ਵੀ ਉਹ ਨਾ ਮਸਕੇ ਪਾ ਕੇ ਆਇਆ ਹੈਗਾ। ਅੱਛਾ। ਇੱਕ ਕਾਲੇ ਕੱਪੜੇ ਪਾ ਕੇ ਤੇ ਮਸਕੇ ਤੇ ਲੱਭ ਗਿਆ ਹੈਗਾ। ਅੱਛਾ। ਤੇ ਉਹ ਫਿਰ ਦੌੜ ਗਿਆ ਹੈਗਾ। ਅੱਛਾ, ਬੰਦਾ ਭੱਜ ਗਿਆ, ਕੋਈ ਬਾਹਰੋਂ ਜਦੋਂ ਭੱਜਿਆ ਉਹ ਕਿਸੇ ਗੱਡੀ ਗੁੱਡੀ ਤੇ ਭੱਜਿਆ ਜਾਂ ਪੈਦਲ ਹੀ ਭੱਜ ਗਿਆ, ਕੋਈ ਪਤਾ ਲੱਗਿਆ ਇਸ ਗੱਲ ਦਾ? ਪੈਦਲ ਹੀ ਕਹਿਣ ਡੇ ਜੀ ਦੌੜਿਆ। ਤੇ ਕੋਈ ਕੋਈ ਉਹਦਾ ਪਿੱਛਾ ਨਹੀਂ ਕੀਤਾ ਕਿਸੇ ਨੇ ਵੀ? ਨਹੀਂ, ਉਹ ਤੇ ਭਾਜੀ ਬੰਬ ਦਾ ਧਮਾਕਾ ਬਹੁਤ ਵੱਡਾ ਹੋਇਆ, ਗੱਲ ਕੀ ਵੀ ਉਹ ਤੇ ਫਿਰ ਕੰਮ ਗਿਆ ਨਾ, ਸਰ ਗੁਰੂ ਘਰ ਕੰਮ ਗਿਆ। ਜੀ 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 ਜੀ, ਹਾਂ, ਘਰਾਂ ਦੇ ਸ਼ੀਸ਼ੇ ਟੁੱਟ ਗਏ ਤੇ ਬਹੁਤ ਜ਼ਿਆਦਾ ਉੱਤੇ ਸਾਰੇ ਧੂੰਏ ਧੂੰਏ ਹੋ ਗਿਆ। ਠੀਕ ਹੈ ਜੀ। ਹਾਂਜੀ ਹਾਂਜੀ, ਤੇ ਉਹ ਤਾਂ ਕਿਸੇ ਨੂੰ ਸੋਚੀ ਨਹੀਂ ਸੀ ਹੈਗੀ ਵੀ ਕਿੱਧਰ ਜਾਣਾ ਹੈਗਾ। ਤੇ ਇਹ ਬਿਲਕੁਲ ਤਾਜ਼ੀ ਘਟਨਾ, ਜੇ ਥੋੜਾ ਟਾਈਮ ਹੀ ਹੋਇਆ ਇਸ ਨੂੰ ਹੋਇਆ ਹੈ, ਇਹ ਅੱਧਾ ਘੰਟਾ ਵੀ ਨਹੀਂ ਹੋਇਆ ਜੀ, ਅੱਧਾ ਘੰਟਾ ਵੀ ਨਹੀਂ ਹੋਇਆ ਜੀ। ਬਹੁਤ ਮੰਦਭਾਗੀ ਖਬਰ ਹੈ ਜੀ ਇਹ, ਬਹੁਤ ਮੰਦਭਾਗੀ ਖਬਰ। ਤੇ ਇਹਦੇ ਵਿੱਚ ਤੁਸੀਂ ਕੀ ਮਤਲਬ ਤੇ ਸ਼ੱਕ ਕਰਦੇ ਹੋ ਕਿ ਕੌਣ ਵਿਅਕਤੀ ਹੋ ਸਕਦਾ ਇਹ? ਕੀ ਅਸੀਂ ਆਈਡੈਂਟੀਟੀ ਦਾ ਸ਼ਿਕਾਰ ਤਾਂ ਨਹੀਂ ਹੈ ਕਿ ਸਾਨੂੰ ਵੀ ਮਤਲਬ ਕੁਛ ਉਸ ਤਰ੍ਹਾਂ ਦੇ ਹੋਰ ਹੀ ਕਿਸੇ ਕਮਿਊਨਿਟੀ ਦੇ ਬੰਦੇ ਸਮਝਿਆ ਜਾ ਰਿਹਾ ਜਿਸ ਕਰਕੇ ਹੋਇਆ? ਦੇਖੋ ਭਾਜੀ, ਏਦਾਂ ਵੀ ਇਹ ਏਜੰਸੀ ਵੀ ਹੋ ਸਕਦੀ, ਕਿਉਂਕਿ ਅਸੀਂ ਨਾ ਨਗਰ ਕੀਰਤਨ ਕੱਢ ਰਹੇ ਹਾਂ ਅਗਲੇ ਹਫ਼ਤੇ। ਜੀ ਜੀ, ਸੈਚਰਡੇ ਦਾ ਪ੍ਰੋਗਰਾਮ ਸੀ ਸਾਡਾ, ਤੇ ਬਹੁਤ ਹੀ ਚੜ੍ਹਦੀ ਕਲਾ ਜੀ ਪ੍ਰੋਗਰਾਮ ਸੀ ਜੀ, ਔਰ ਦੂਰੋਂ ਦੂਰੋਂ ਸੰਗਤਾਂ ਬਹੁਤ ਹੀ ਉਤਸ਼ਾਹ ਹੈਗਾ, ਤੇ ਹੋ ਸਕਦਾ ਵੀ ਇਸੇ ਚੱਕਰ ਵਿੱਚ ਨਾ ਹੋਏ, ਕੋਈ ਸਮਝ ਨਹੀਂ ਹੈਗੀ, ਕਹਿਣ ਤੋਂ ਭਾਵ ਕੋਈ
ਅਜੇ ਤੱਕ ਪਤਾ ਨਹੀਂ ਲੱਗਣ ਦਿਆ ਕੋਈ। ਭਾਜੀ ਇੱਦਾਂ ਦੀ ਜਲਸੀ ਜਿਹੜੀ ਆ ਉਹ ਕੌਣ ਕੌਣ ਕਰ ਸਕਦਾ ਤੁਹਾਡੇ ਵਿਚਾਰ ਦੇ ਤੁਹਾਡੇ ਅਨੁਸਾਰ? ਦੇਖੋ ਭਾਜੀ ਇੱਦਾਂ ਵੀ ਸਾਡੇ ਗੁਰੂ ਘਰ ਦੇ 10 ਸਾਲ ਹੋ ਗਏ ਨੇ ਇਹਦੇ ਸ਼ਿਫਟ ਕੀਤਿਆਂ ਨੂੰ ਜੀ, ਤਾਂ ਤਕਰੀਬਨ ਕੋਈ ਇਸ ਤਰ੍ਹਾਂ ਦੀ ਕੋਈ ਵਾਰਦਾਤ ਕੋਈ ਮਾੜੀ ਮਾੜੀ ਘਟਨਾ ਵੀ ਨਹੀਂ ਵਾਪਰੀ, ਕੋਈ ਲੜਾਈ ਝਗੜਾ ਵੀ ਨਹੀਂ, ਕੋਈ ਚੱਕਰ ਨਹੀਂ ਹੈਗਾ। ਤੇ ਇਹ ਤੇ ਸਿਰਫ ਇਕਦਮ ਹੀ ਅੱਜ ਵਿਆਹ ਸੀਗਾ ਤੇ ਵਿਆਹ ਤੋਂ ਬਾਅਦ ਸਾਰੀ ਰਵਾਨਗੀ ਹੋ ਗਈ, ਬਾਅਦ ਵਿੱਚ ਬੰਬ ਫਟ ਗਿਆ ਹੈਗਾ। ਤੇ ਨੁਕਸਾਨ ਸਰਦਾਰ ਰਣਜੀਤ ਸਿੰਘ ਜੀ ਅਮਰੀਕ ਸਿੰਘ ਜੀ ਕਿੰਨਾ ਕੁ ਹੋਇਆ ਹੈਗਾ ਸਾਰਾ ਇਹ? ਦੇਖੋ ਜੀ ਗੁਰਘਰ ਦੇ ਦਰਵਾਜ਼ੇ ਟੁੱਟ ਗਏ ਨੇ, ਬਾਰੀਆਂ ਟੁੱਟ ਗਈਆਂ। ਅੱਛਾ, ਗੁਆਂਢੀ ਦੇ ਸ਼ੀਸ਼ੇ ਟੁੱਟੇ ਨੇ। ਅੱਛਾ, ਗੁਆਂਢੀ ਘਰਾਂ ਦੇ ਵਿੱਚ ਵੀ ਨੁਕਸਾਨ ਹੋਇਆ? ਹਾਂਜੀ 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 ਹਾਂ। ਇਹਦਾ ਮਤਲਬ ਜਿਹੜਾ ਹਾਲ ਦੇ ਵਿੱਚ ਜਿਹੜਾ ਉਹਨੇ ਬੰਬ ਸੁੱਟਿਆ ਉਹਦੇ ਧਮਾਕੇ ਨਾਲ ਗੁਆਂਢੀਆਂ ਦੇ ਸ਼ੀਸ਼ੇ ਵੀ ਟੁੱਟੇ ਨੇ? ਹਾਂਜੀ ਹਾਂਜੀ, ਸਾਡੀ ਕੰਧ ਜਿਹੜੀ ਆ ਜਿੱਥੇ ਨਿਸ਼ਾਨ ਸਾਹਿਬ ਹੈ। ਅੱਛਾ ਜੀ, ਉਹ ਉੱਡ ਗਈ ਹੈਗੀ ਹੈ। ਹਾਂਜੀ ਹਾਂਜੀ, ਤੇ ਉਹ ਨੁਕਸਾਨ ਜਿਹੜਾ ਉਹ ਕਾਫੀ ਜ਼ਿਆਦਾ ਹੋਇਆ, ਕਾਫੀ ਜ਼ਿਆਦਾ ਨੁਕਸਾਨ ਹੋਇਆ। ਹਾਂਜੀ, ਤੇ ਬੰਬ ਕਿਸ ਤਰ੍ਹਾਂ ਦੀ ਸ਼ਕਲ ਦਾ ਕੋਈ ਤੁਹਾਨੂੰ ਪੁਲਿਸ ਨੇ ਕੋਈ ਇਸ਼ਾਰਾ ਦਿੱਤਾ? ਨਹੀਂ, ਪੁਲਿਸ ਨੇ ਫਿਰ ਸਾਨੂੰ ਸਾਰੇ ਕੱਢ ਦਿੱਤੇ ਤੇ ਗੁਰੂ ਘਰ ਤੋਂ ਬਾਹਰ ਕੱਢ ਦਿੱਤੇ ਨੇ। ਅਸੀਂ ਬਾਹਰ ਬੜਾ ਹਾਲ ਦੇ ਵਿੱਚ ਆ, ਸਾਰੇ ਸੰਗਤ ਹਾਲ ਵਿੱਚ ਹੈ। ਤੇ ਹਸਪੀਟਲ ਵੀ ਲਿਜਾਣਾ ਪਿਆ ਜੀ ਕਿਸੇ ਨੂੰ, ਜ਼ਖਮੀਆਂ ਨੂੰ? ਹਾਂਜੀ ਹਾਂਜੀ, ਗੁਰੂ ਘਰ ਦਾ ਵਜ਼ੀਰ ਜਿਹੜੇ ਹੈਗੇ ਨੇ ਹਸਪੀਟਲ ਦੇ। ਅੱਛਾ ਜੀ, ਉਹ ਕਿੰਨੇ ਬੰਦੇ ਨੇ ਹਸਪੀਟਲ ਦੇ ਵਿੱਚ? ਇਹ ਉਹਨਾਂ ਤੇ ਸੱਟਾਂ ਹੀ ਜ਼ਿਆਦਾ ਲੱਗੀਆਂ ਕਿਉਂਕਿ ਉਹ ਦਰਵਾਜ਼ੇ ਦੇ ਨਾਲ ਸੀਗੇ। ਅੱਛਾ, ਉਹ ਨੇੜੇ ਖੜੇ ਸੀ, ਬਾਕੀ ਕੋਈ ਆਪਣੇ ਗੁਰੂ ਸਾਹਿਬ ਨੂੰ ਤਾਂ ਨਹੀਂ, ਉਧਰ ਤਾਂ ਨਹੀਂ ਕੋਈ ਮਤਲਬ ਨੁਕਸਾਨ ਹੋਇਆ? ਨੁਕਸਾਨ ਨਹੀਂ, ਉਧਰ ਨੁਕਸਾਨ ਨਹੀਂ ਹੋਇਆ, ਉਹ ਥੋੜੀ ਦੂਰੀ ਤੇ ਸੀਗੇ ਤੇ ਇਹ ਜਿਹੜਾ ਗੇਟ ਹੈ ਗੇਟ ਦੇ ਕੋਲ ਸੀਗਾ ਦਰਵਾਜ਼ਾ ਸਾਡਾ। ਅੱਛਾ, ਤੇ ਉਹ ਦਰਵਾਜ਼ੇ ਦੇ ਕੋਲ ਸਿੱਟ ਕੇ ਤੇ ਉੱਥੋਂ ਬੰਦਾ ਦੌੜ ਗਿਆ ਉਹ? ਉੱਥੋਂ ਬਾਹਰ ਹੀ ਦੌੜ ਗਿਆ। ਹਾਂਜੀ ਹਾਂਜੀ, ਤੇ ਅਸੀਂ ਆ ਫੁਟੇਜ ਦੇ ਵਿੱਚ ਦੇਖ ਰਹੇ ਹਾਂ ਕਿ ਕੱਚ ਬਹੁਤ ਜ਼ਿਆਦਾ ਖਿਲ ਰਿਹਾ ਹੋਇਆ। ਹਾਂਜੀ ਹਾਂਜੀ, ਤੇ ਨਾਲ ਚਾਦਰਾਂ ਵੀ ਖਿਲ ਰਹੀਆਂ ਹੋਈਆਂ ਹੈਗੀਆਂ ਤੇ ਹੋਰ ਵੀ ਸਮਾਨ ਖਿਲ ਰਿਹਾ ਹੋਇਆ। ਹਾਂਜੀ ਹਾਂਜੀ, ਚਲੋ ਫਿਰ ਵੀ ਮਤਲਬ ਦੇਖੋ ਇਹਦੀ ਆਪੇ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਹੁਣ ਕਿ ਇਹਦੇ ਪਿੱਛੇ ਕੌਣ ਹੈ ਤੇ ਕੌਣ ਨਹੀਂ ਹੈ, ਤੇ ਸ਼ੱਕ ਹੀ ਕਰ ਸਕਦੇ ਆ ਭਾਜੀ। ਹਾਂਜੀ ਬਿਲਕੁਲ ਜੀ, ਸ਼ੱਕੀ ਕੀਤੀ ਜਾ ਸਕਦੀ ਹੈ, ਬਾਕੀ ਤੇ ਪੁਲਿਸ ਜਾਂ ਜਿਹੜੇ ਫੋਰੈਂਸਿਕ ਵਾਲੇ ਹੁੰਦੇ ਨੇ ਉਹ ਆ ਕੇ ਦੇਖਣਗੇ। ਹਾਂਜੀ ਹਾਂਜੀ, ਉਹ ਉਂਗਲਾਂ ਵਗੈਰਾ ਦੇ ਨਿਸ਼ਾਨ ਲੈਣਗੇ ਜਾਂ ਹੋਰ ਵੀ ਜੋ ਉਹਨਾਂ ਦੇ ਢੰਗ ਤਰੀਕੇ ਹੁੰਦੇ ਆ ਚੋਰਾਂ ਨੂੰ ਫੜਨ ਦੇ ਜਾਂ ਇਸ ਤਰ੍ਹਾਂ ਦੇ ਹਮਲੇ ਵੇਲੇ ਕਿਸ ਤਰ੍ਹਾਂ ਉਹ ਫੜਦੇ ਨੇ ਹਮਲਾਵਰਾਂ ਨੂੰ, ਇਹ ਉਹਨਾਂ ਦੀ ਜੌਬ ਹੈ, ਉਹਨਾਂ ਦਾ ਕੰਮ ਹੈ ਦੇਖਣਾ। ਹਾਂਜੀ, ਤੇ ਲੇਕਿਨ ਇਹ ਆ ਭਈ ਆਪ ਜੀ ਸਾਰੀਆਂ ਸੰਗਤਾਂ, ਮੈਂ ਤਾਂ ਇਹ ਬੇਨਤੀ ਚੈਨਲ ਵੱਲੋਂ ਕਰਨੀ ਚਾਹਾਂਗਾ ਕਿ ਸੰਗਤਾਂ ਨੂੰ ਆਪ ਜੀ ਨੇ ਬਿਲਕੁਲ ਹੌਸਲੇ ਦੇ ਵਿੱਚ ਰੱਖਣਾ, ਇਸ ਦੇ ਬਾਰੇ ਇੱਕ ਮੀਟਿੰਗ ਕਰਕੇ ਪਹਿਲਾਂ ਕਮੇਟੀ ਦੀ, ਤੇ ਉਹਦੇ ਵਿੱਚ ਸੰਗਤਾਂ ਨੂੰ ਵੀ ਹੌਸਲਾ ਦਿਓ, ਬੱਚਿਆਂ ਨੂੰ ਵੀ ਹੌਸਲਾ ਦਿਓ, ਤੇ ਇਹ ਬੜਾ ਜ਼ਰੂਰੀ ਆ ਕਿਉਂਕਿ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਠੀਕ ਹੈ, ਬਹੁਤ ਮੰਦਭਾਗੀ ਘਟਨਾ ਹੈਗੀ ਆ ਇਸ ਤਰ੍ਹਾਂ ਜਿਹੜਾ ਹੈਗਾ, ਜਿਸ ਨੇ ਵੀ ਕੀਤਾ ਹੈਗਾ ਇਹ ਕਿਸੇ ਇਹੋ ਜਿਹੇ ਕੰਮ ਹਮੇਸ਼ਾ ਡਰਾਕਲ ਕਰਦੇ ਨੇ, ਜਿਹੜਾ ਸੂਰਮਾ ਬੰਦਾ ਉਹ ਇਸ ਤਰ੍ਹਾਂ ਕੰਮ ਨਹੀਂ ਕਰਦਾ। ਬਿਲਕੁਲ ਬਿਲਕੁਲ, ਸੋ ਇੰਨਾ ਚਲੋ ਫਿਰ ਵੀ ਗੁਰੂ ਮਹਾਰਾਜ ਦਾ ਸ਼ੁਕਰ ਕਰਦੇ ਹਾਂ, ਕੋਈ ਜ਼ਿਆਦਾ ਕੋਈ ਬਹੁਤ ਜ਼ਿਆਦਾ ਸੀਰੀਅਸਲੀ ਕੋਈ ਹਰਟ ਨਹੀਂ ਹੋਇਆ ਅਤੇ ਨਾ ਕੋਈ ਸਾਡੀ ਕੀਮਤੀ ਜਾਨ ਗਈ ਆ, ਇਹ ਇਸ ਗੱਲ ਦਾ ਵੀ ਅਸੀਂ ਮਹਾਰਾਜ ਦਾ ਸ਼ੁਕਰ ਗੁਜ਼ਾਰ ਕਰਦੇ ਹਾਂ। ਸੋ ਅਸੀਂ ਆਪ ਜੀ ਨਾਲ ਫਿਰ ਵੀ ਰਾਬਤਾ ਕਾਇਮ ਰੱਖਾਂਗੇ, ਇਸ ਲਈ ਹੋਰ ਵੀ ਅਗਲੀ ਜਿਹੜੀ ਸੂਚਨਾ ਉਹ ਲੈਂਦੇ ਰਹਾਂਗੇ ਆਪ ਜੀ ਪਾਸੋਂ, ਤੇ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨਾਲ ਯੂਰਪ ਦੇ ਸਾਂਝੀ ਕਰਦੇ ਰਹਾਂਗੇ। ਸੋ ਆਓ ਇੱਥੇ ਅਸੀਂ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਗੱਲ ਹੈ ਜੀ ਪਿਆਰੇ ਦਰਸ਼ਕੋ, ਆਪ ਜੀ ਨੇ ਜੋ ਦੇਖਿਆ ਹੈ ਆਪ ਜੀ ਦੇ ਸਾਹਮਣੇ ਉਹ ਫੁਟੇਜ ਜਿਹੜੀ ਹੈ ਲਗਾਤਾਰ ਆ ਰਹੀ ਹੈ ਕਿ ਉਹਦੇ ਵਿੱਚ ਆਪ ਜੀ ਦੇਖ ਸਕਦੇ ਹੋ ਕਿ ਬੰਬ ਜਿਹੜਾ ਕਾਫੀ ਸ਼ਕਤੀਸ਼ਾਲੀ ਚੱਲਿਆ, ਜਿਸ ਤਰ੍ਹਾਂ ਮੇਰੇ ਵੀਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਤੋੜ ਕੇ, ਆਪ ਜੀ ਨੂੰ ਪਤਾ ਹੈ ਕਿ ਸ਼ੀਸ਼ੇ ਜਿਹੜੇ ਅੱਜ ਕੱਲ੍ਹ ਉਹ ਸਾਰੇ ਡ੍ਰਿਵਗਲੇਜ਼ ਹੁੰਦੇ ਆ, ਉਹ ਛੇਤੀ ਕਿਤੇ ਟੁੱਟਦੇ ਵੀ ਨਹੀਂ, ਬਹੁਤ ਜ਼ਿਆਦਾ ਜ਼ੋਰ ਦਾ ਬਲਾਸਟ ਹੋਵੇ ਤਾਂ ਫਿਰ ਹੀ ਟੁੱਟਦੇ ਆ, ਉਹ ਸ਼ੀਸ਼ੇ ਤੋੜ ਕੇ ਅਤੇ ਗੁਆਂਢੀਆਂ ਦੇ ਵੀ ਜਿਹੜੇ ਘਰਾਂ ਦੇ ਸ਼ੀਸ਼ੇ ਉਹ ਵੀ ਟੁੱਟੇ ਆ, ਆਪ ਅੰਦਾਜ਼ਾ ਲਗਾ ਸਕਦੇ ਹੋ। ਸੋ ਮੈਂ ਕਹਿੰਦਾ ਇਹ ਸ਼ਾਇਦ ਗੁਰੂ ਮਹਾਰਾਜ ਦੀ ਕੋਈ ਇਹ ਵੀ ਕਲਾ ਵਰਤੀ ਹੈ ਕਿ ਕੋਈ ਸਾਡੇ ਜਾਨੀ ਨੁਕਸਾਨ ਜਿਹੜਾ ਹੈ ਇੱਦਾਂ ਦੇ ਬੰਬ ਬਲਾਸਟ ਦੇ ਵਿੱਚ ਨਹੀਂ ਹੋਇਆ। ਸੋ ਮੇਰੇ ਵੀਰਾਂ ਨੇ ਸ਼ੰਕਾ ਵੀ ਜ਼ਾਹਰ ਕੀਤੀ ਹੈ ਕਿ ਇਹਦੇ ਪਿੱਛੇ ਜੈਲਸੀ ਵੀ ਹੋ ਸਕਦੀ ਹੈ, ਤੇ ਇਹ ਨਹੀਂ ਪਤਾ ਵੀ ਹੁਣ ਇਹ ਜੈਲਸੀ ਜਿਹੜੀ ਆ ਉਹ ਕਿਹਦੀ ਹੈਗੀ ਆ ਕੀ ਨਹੀਂ ਹੈਗੀ। ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਖੁਲਾਸਾ ਜਿਹੜਾ ਹੋਏਗਾ, ਅਸੀਂ ਆਪਣੀਆਂ ਸੰਗਤਾਂ ਨੂੰ ਇਹਦੇ ਬਾਰੇ ਹੋਰ ਵੀ ਅਪਡੇਟ ਜਿਹੜੀ ਉਹ ਦਿੰਦੇ ਰਹਾਂਗੇ ਜਿਵੇਂ ਜਿਵੇਂ ਉੱਥੋਂ ਸਾਨੂੰ ਪਤਾ ਲੱਗੇਗਾ। ਆਓ ਅਸੀਂ ਇੱਥੇ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਡੇ ਕੋਲ ਵੀਰ ਜੀ ਹੋਣੀ ਜਿਹੜੇ ਉਸ ਟਾਈਮ ਗੁਰਦੁਆਰੇ ਉੱਥੇ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਇਹ ਹੁਣ ਆਪਣੀ ਜਵਾਨੀ ਜਿਹੜੇ ਇੱਕ ਵਾਰੀ ਤੁਹਾਨੂੰ ਦੱਸ ਦੇਣਗੇ ਕੀ ਹੋਇਆ ਉੱਥੇ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਲਾਗੇ ਮੈਂ ਗੁਰਦੁਆਰੇ ਮੇਂ ਖੜਾ ਥਾ ਕਿਚਨ ਮੇਂ ਉੱਚੀ ਬੋਲੋ ਹਾਂ ਕਿਚਨ ਮੇਂ ਖੜਾ ਥਾ तो किचन में मैं आया एक बंदे को देखा मस्का पहना हुआ था सर पे काले कपड़े थे उसके वो आया और कुछ हाथ में था उसके वो शीशे के आगे फेंक के फिर भाग गया। फिर मैं बाहर जो गया उसको देखा फिर पीछे जाके हम लोगों ने उसका मस्का भी ढूंढा मैंने पुलिस आए को मस्का भी दिखाया उन्होंने उठाया कपड़े जो पाए थे उन्होंने वो ब्लैक कलर पूरे कपड़े से जहाँ से पहले मस्क ही पाया सब कुछ काला ही था जॉगिंग पोज थी जींस थी हाँ जी और एक काला स्वेटर था चेन वाला और काला मस्क था सिर्फ आँखें दिख रही थी बस यही मैंने देखा बम सेट के वो मेरे को नहीं पता था उसके हाथ में क्या है धमाका हुआ मैंने देखा बदबू आ रही थी बम की जो होती है फिर उसके बाद हम मैंने चलाया भी सही सबको बुलाया फिर बाबा जी भी जख्मी हो गए उनके टांगे दुखी फिर हम लोग बाहर भागे देखा कुछ भी नहीं था कोई भी नहीं था फिर बाहर हम पीछे गए उसका मस्कर ढूंढा बहुत बहुत थैंक यू वाहेगुरु जी का खालसा वाहेगुरु जी का फतेह ਬੰਦਾ